ਭਾਵੇਂ ਕਿ ਅੱਜ ਸਿਹਤ ਵਿਭਾਗ ਲੋਕਾਂ ਨੂੰ ਸਮੇਂ-ਸਮੇਂ ਸਿਰ ਵੱਖ-ਵੱਖ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰਦਾ ਹੈ, ਪਰ ਬਟਾਲਾ 'ਚ ਦੇਰ ਰਾਤ ਇੱਕ ਐਸਾ ਮਾਮਲਾ ਸਾਹਮਣੇ ਆਇਆ ਜਦ ਬਟਾਲਾ ਦੀ ਰਹਿਣ ਵਾਲੀ ਇੱਕ ਵਿਆਹੀ ਔਰਤ ਦੀ ਮੌਤ ਹੋ ਗਈ ਤਾਂ ਪਰਿਵਾਰ ਨੇ ਆਰੋਪ ਲਗਾਇਆ ਕਿ ਉਹਨਾਂ ਵੱਲੋਂ ਇੱਕ ਘਰ 'ਚ ਦਵਾਈ ਦੇਣ ਵਾਲੀ ਨਰਸ ਕੋਲੋਂ ਕਰਵਾਏ ਇਲਾਜ ਦਾ ਸ਼ਿਕਾਰ ਉਹਨਾਂ ਦੀ ਬੇਟੀ ਹੋਈ ਹੈ। ਬਟਾਲਾ ਦੇ ਹਰਨਾਮ ਨਗਰ ਦੀ ਰਹਿਣ ਵਾਲੀ ਮਨਦੀਪ ਕੌਰ, ਜਿਸਦਾ ਵਿਆਹ ਕੁਝ ਮਹੀਨੇ ਪਹਿਲਾਂ ਹੋਇਆ ਸੀ ਅਤੇ ਗੰਭੀਰ ਹਾਲਤ ਦੇ ਚਲਦੇ ਉਸਨੂੰ ਇਲਾਜ ਲਈ ਪਰਿਵਾਰ ਨੇ ਸਿਵਲ ਹਸਪਤਾਲ ਬਟਾਲਾ 'ਚ ਦਾਖਲ ਕਰਵਾਇਆ, ਜਿੱਥੇ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਗਈ। ਉੱਥੇ ਮ੍ਰਿਤਕ ਦੀ ਮਾਂ ਅਤੇ ਸੱਸ ਨੇ ਦੱਸਿਆ ਕਿ ਮਨਦੀਪ ਪਿਛਲੇ ਕੁਝ ਦਿਨਾਂ ਤੋਂ ਇੱਕ ਨਿੱਜੀ ਘਰ 'ਚ ਕੰਮ ਕਰ ਰਹੀ ਨਰਸ ਕੋਲੋਂ ਬੱਚੇ ਹੋਣ ਲਈ ਕੋਈ ਇਲਾਜ ਕਰਵਾ ਰਹੀ ਸੀ ਅਤੇ ਉਸਦੀ ਵਜ੍ਹਾ ਨਾਲ ਉਸਦੀ ਹਾਲਤ ਕੁਝ ਦਿਨਾਂ ਤੋਂ ਵਿਗੜ ਰਹੀ ਸੀ ਅਤੇ ਆਖੀਰ ਵਿੱਚ ਉਸਦੀ ਉਸੇ ਕਾਰਨ ਹੀ ਮੌਤ ਹੋ ਗਈ। ਜਿੱਥੇ ਪਰਿਵਾਰ ਵੱਲੋਂ ਉਸ ਨਰਸ 'ਤੇ ਆਰੋਪ ਲਗਾਇਆ ਜਾ ਰਿਹਾ ਹੈ, ਉੱਥੇ ਕੜੀ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ। ਬਲਜੀਤ ਕੌਰ ਹੁੰਦਰਾਂ ਦੇ ਸਲਾਹ ਸਰ, ਸਾਡੀ ਬੇਟੀ 3 ਦਿਨ ਹੋ ਗਏ ਬਿਮਾਰੀ, ਅੱਜ ਮੁੰਡਾ ਘਰ ਲੈ ਕੇ ਆਇਆ ਸੀ, ਇਹਦਾ ਨਾਮ ਮਨਦੀਪ ਕੌਰ, 18 ਸਾਲਾਂ ਦੀ, ਅਤੇ ਸਰ 3 ਦਿਨ ਹੋ ਗਏ ਬਿਮਾਰ ਪਈ ਘਰ ਹੀ, ਅੱਜ ਮੇਰੇ ਘਰ ਲੈ ਆਇਆ ਮੁੰਡਾ, ਵੀ ਕਹਿੰਦੇ ਵੀ ਮੰਮੀ ਮੈਂ ਕੁੜੀ ਨੂੰ ਘਰ ਲੈ ਕੇ ਆਉਣਾ ਵਾਂ, ਕੱਲ੍ਹ ਵੀ ਕਹਿੰਦਾ ਤਾਂ ਮੈਂ ਨਹੀਂ ਘਰ ਵੜ ਸਕਦੀ ਆਪਣੇ ਘਰ ਵਾਲੇ ਤੋਂ ਬਗੈਰ, ਮੇਰੇ ਘਰ ਵਾਲੇ ਜੋ ਕਹੇਗਾ ਤਾਂ ਅਸੀਂ ਵਾੜ ਲਾਂਗੇ, ਠੀਕ ਆ। ਚਲੋ ਜੀ, ਮੇਰੇ ਘਰ ਵਾਲੇ ਨੇ ਸਰ ਜੀ ਇਹਨਾਂ ਪੁੱਛਿਆ ਵਾ ਅਤੇ ਉਹ ਲਿਆਇਆ ਮੁੰਡਾ ਘਰ, ਘਰ ਵਾਲਾ ਮੇਰਾ ਕਹਿੰਦਾ ਵੀ ਕੋਈ ਨਹੀਂ ਦੋਵਾਂ ਨੂੰ ਰੱਖ ਬਲਜੀਤ, ਮੈਂ ਚੱਲ ਠੀਕ ਹੈ ਦੋਵਾਂ ਨੂੰ ਰੱਖ ਲੈਂਦੀ ਹਾਂ, ਦੋਵੇਂ ਮੇਰੇ ਕੋਲ ਰਹੇ ਸਾਰੀ ਦਿਹਾੜੀ ਅੱਜ, ਅਤੇ ਡਾਕਟਰ ਕੋਲ ਖਾਧੀ ਭਜੋ, ਡਾਕਟਰ ਬਹੁਤ ਕੋਲ ਦਵਾਈ ਖਾਧੀ ਆ, ਆਹ ਕੱਲ੍ਹ ਨੂੰ ਰੋਡ 'ਤੇ ਸ਼ਕੁੰਤਲਾ ਨਰਸ ਦੀ 9 ਵਜੇ, ਹਾਂਜੀ, ਅਤੇ ਜਦੋਂ ਸਾਰੇ ਲੰਮੇ ਲੰਮੇ ਸਾਹ ਲੈਣ ਦਾ ਵੀ ਉਦੋਂ ਮੈਂ ਐਂਬੂਲੈਂਸ ਲੈ ਕੇ ਤਾਂ ਆ ਗਈ ਫਟਾਫਟ, ਹਾਂਜੀ, ਖਾਣ ਪੀਣ ਦਈ ਸਰ ਕੱਖ ਨਹੀਂ ਖਾਧਾ ਪੀਤਾ, ਨਾ ਤੁਰਿਆ ਫਿਰਿਆ ਜਾਂਦਾ, ਨਾ ਚੁੱਕਿਆ, ਚੁੱਕੇ ਦੇ ਡਿੱਗ ਜਾਂਦੀ, ਚੁੱਕ ਦੇ ਡਿੱਗ ਜਾਂਦੀ, 3 ਦਿਨ ਮੈਡਮ ਇਹਨੇ ਦਵਾਈ ਰਖਾਈ ਬੱਚਾ ਹੋਣ ਵਾਲੀ, ਠੀਕ ਜੇ, ਅਤੇ ਉਹ ਬੱਚਾ ਵੀ ਨਹੀਂ ਸੂਟ ਦਵਾਈ ਨਹੀਂ ਕੀਤੀ ਇਹਨੂੰ, ਇਹ ਆਉਂਦੀ ਟੀਕਾ ਲਵਾ ਕੇ ਤਾਂ ਅੰਦਰ ਲੰਮੇ ਪੈ ਜਾਂਦੀ ਸੀ, ਅਤੇ ਅੱਜ ਮੇਰਾ ਜਵਾਈ ਲੈ ਕੇ ਆਇਆ ਮੈਨੂੰ ਵੀ ਮੰਮੀ ਮੈਂ ਲੈਂਦਾ ਵਾ, ਨਹੀਂ ਮੈਡਮ ਜੀ ਅਸੀਂ ਨਹੀਂ ਉਹਦੇ ਕੋਲ ਗਏ, ਠੀਕ ਜੇ, ਸਾਡੀ ਬੇਟੀ ਜਦੋਂ ਸਾਹ ਲੰਮੇ ਲੰਮੇ ਲੈਣ ਡਿਆ ਵੀ ਮੈਂ ਲੈ ਆਈ ਇੱਥੇ, ਨਾਲ ਮੇਰਾ ਜਵਾਈ ਕੁੜਮੇ ਮੇਰੇ ਕੁੜਮਣੀ ਸਾਰੇ ਆ, ਉਹਨੇ ਨਾ 3000 ਰੁਪਈਆ ਮੰਗਿਆ, 1500 ਲੈ ਲਿਆਉਂਦੀ ਸੀ, 1500 ਤਦ ਦੇ ਕੇ ਜਾਊਂਗੇ ਅਤੇ ਜੇ ਵੀ ਪੈਸੇ ਦਊਂਗੇ ਤਾਂ ਫਿਰ ਮੈਂ ਕੋਟਨ ਕੱਢਣਾ, ਮੈਂ ਨਹੀਂ ਅੰਦਰ ਕੋਟਨ ਕੱਢਣ ਵਾਲੀ, ਵੀ ਡੈਡ ਹੋ ਗਈ ਆ ਬੇਟੀ ਮੇਰੀ। ਜਗਜੀਤ ਕੌਰ ਜੀ, ਭਾਅ ਜੀ ਮੇਰੀ ਨੂੰਹ ਦੀ ਡੈਥ ਹੋਈ, ਕੋਰਟ ਮੈਰਿਜ ਕਰਾਈ ਇਹਨਾਂ ਦੋਵਾਂ ਨੇ, ਹਾਂਜੀ, ਇਹ ਪਰਸੋਂ ਚੌਥ ਦੀ ਦਵਾਈ ਖਾਣ ਡਈ ਜੇ, ਹਾਂਜੀ ਪਰਸੋਂ ਚੌਥ ਦੀ ਦਵਾਈ ਖਾਧੀ, ਮੈਂ ਸਗੋਂ ਪੁੱਛਿਆ ਵੀ ਮੇਰੇ ਨਾਲ ਤਾਂ ਘਰ ਵਿੱਚ ਆਪਾਂ ਰਹਿੰਦੇ ਹਾਂ, ਰੋਟੀ ਪਾਣੀ ਇਕੱਠਾ ਪਕਾਉਂਦੇ ਹਾਂ, ਆਉਂਦੀ ਜਾਂਦੀ ਆ ਥੱਲੇ ਭਰੇ ਦੀ ਜੇ, ਹਾਂਜੀ, ਅਤੇ ਅਸੀਂ ਇਨਸਾਫ ਮੰਗਦੇ ਵੀ ਇਹ ਤਾਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਹਾਂਜੀ ਬੱਚਾ ਹੋਣ ਦੀ ਦਵਾਈ ਖਾਂਦੀ ਸੀ ਇੱਥੋਂ ਕਾਨੂੰ ਵਾਲੇ ਰੋਡ ਤੋਂ। ਉਧਰ ਇਸ ਮਾਮਲੇ 'ਚ ਜਿੱਥੇ ਉਕਤ ਨਰਸ ਹਰਭਜਨ ਕੌਰ ਨੇ ਖੁਦ 'ਤੇ ਲੱਗਿਆ ਆਰੋਪਾਂ ਨੂੰ ਗਲਤ ਦੱਸਿਆ ਅਤੇ ਉਹਨਾਂ ਕਿਹਾ ਕਿ ਮਨਦੀਪ ਉਸ ਕੋਲੋਂ ਇਲਾਜ ਲਈ ਆਈ ਸੀ, ਲੇਕਿਨ ਉਸ ਵੱਲੋਂ ਕੋਈ ਐਸੀ ਦਵਾਈ ਨਹੀਂ ਦਿੱਤੀ ਗਈ ਜੋ ਉਸ ਲਈ ਸਿਹਤ ਵਿਗੜੇ, ਅਤੇ ਉੱਥੇ ਸਿਵਲ ਹਸਪਤਾਲ ਬਟਾਲਾ 'ਚ ਡਿਊਟੀ ਕਰ ਰਹੇ ਡਾਕਟਰ ਅਰਵਿੰਦਰ ਸ਼ਰਮਾ ਨੇ ਦੱਸਿਆ ਕਿ ਮਨਦੀਪ ਕੌਰ ਨੂੰ ਗੰਭੀਰ ਹਾਲਤ 'ਚ ਉਸਦਾ ਪੇਕਾ ਅਤੇ ਸਹੁਰਾ ਪਰਿਵਾਰ ਹਸਪਤਾਲ 'ਚ ਲੈ ਕੇ ਆਏ ਸਨ ਅਤੇ ਉਹਨਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਸੀ ਕਿ ਅਚਾਨਕ ਉਕਤ ਪੀੜਤ ਨੇ ਦਮ ਤੋੜ ਦਿੱਤਾ ਅਤੇ ਹੁਣ ਉਹਨਾਂ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਲਈ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਮ੍ਰਿਤਕ ਦੀ ਮੌਤ ਦਾ ਕਾਰਨ ਦਾ ਖੁਲਾਸਾ ਹੋਵੇਗਾ। ਮੇਰਾ ਨਾਮ ਹਰਭਜਨ ਕੌਰ, ਨਹੀਂ ਉਹਦੇ ਕਰਕੇ ਨਹੀਂ, ਇਹ ਟੱਟੀਆਂ ਉਲਟੀਆਂ ਕਰਕੇ ਜੋ ਉਹਦੀ ਡੈਥ ਹੋਈ ਆ, ਬੁਖਾਰ ਉਹਨੂੰ ਹੋਇਆ ਸੀਗਾ ਅਤੇ ਉਹਨਾਂ ਨੇ ਦਵਾਈ ਨਹੀਂ ਦਵਾਈ ਹੈਗੀ, ਉਹਦੇ ਕਰਕੇ ਉਹਦੀ ਡੈਥ ਹੋਈ ਹੈ। ਹਾਂ ਮੈਨੂੰ ਕਰਵਾਈ, ਮੈਨੂੰ ਜਨਾਨੀ ਨੇ ਵੀ ਪਰਸੋਂ ਦੱਸਿਆ ਵਾ ਵੀ ਮੈਨੂੰ ਬੁਖਾਰ 3-4 ਦਿਨ ਤੋਂ ਬਹੁਤ ਜ਼ਿਆਦਾ ਵਾ, ਟੱਟੀਆਂ ਉਲਟੀਆਂ ਆਉਣ ਡੀਆਂ, ਮੇਰਾ ਘਰ ਵਾਲਾ ਮੈਨੂੰ ਕਿਤੇ ਨਹੀਂ ਖੜਦਾ ਹੈਗਾ ਅਤੇ ਨਾ ਹੀ ਇਹ ਬਿਲਕੁਲ ਪੈਸਾ ਮੈਨੂੰ ਦਿੰਦੇ ਨੇ, ਮੈਨੂੰ ਬਹੁਤ ਤੰਗ ਕੀਤਾ ਹੋਇਆ ਇਹਨਾਂ ਸਹੁਰਿਆਂ ਨੇ ਅਤੇ ਮੈਂ ਲਵ ਮੈਰਿਜ ਕਰਵਾਈ ਹੋਈ ਆ। ਜਦੋਂ ਆਈ ਨਹੀਂ ਹੈਗੀ ਕੱਲ੍ਹ ਦੀ, ਜਦੋਂ ਪਰਸੋਂ ਨਹੀਂ ਆਈ ਹੈਗੀ ਤਾਂ ਮੈਂ ਕਿੱਥੋਂ ਉਹਦਾ ਹੋਣਾ, ਘਰ ਨਾ ਮੈਨੂੰ ਘਰ ਦਾ ਪਤਾ ਅਤੇ ਨਾ ਕੁਛ ਨਹੀਂ ਗਾ। ਹਾਂਜੀ ਮੇਰਾ ਨਾਮ ਡਾਕਟਰ ਅਰਵਿੰਦਰ ਸ਼ਰਮਾ ਹੈ। ਹਾਂਜੀ ਸਾਡੇ ਕੋਲ ਨਾ ਇੱਕ ਲੜਕੀ, ਨਾਮ ਉਹਦਾ ਮਨਦੀਪ ਕੌਰ ਆ, ਉਮਰ ਤਕਰੀਬਨ ਉਹਦੀ 21-22 ਸਾਲ ਦੱਸ ਰਹੇ ਨੇ, ਉਹਨੂੰ ਉਹਦੇ ਸਹੁਰਾ ਪਰਿਵਾਰ ਅਤੇ ਪੇਕਾ ਪਰਿਵਾਰ ਇੱਥੇ ਲੈ ਕੇ ਆਏ ਨੇ ਅਤੇ ਜੋ ਕਿ ਕਾਫੀ ਜ਼ਿਆਦਾ ਗੰਭੀਰ ਹਾਲਤ ਵਿੱਚ ਸੀਗੀ ਅਤੇ ਉਹਦੀ ਇਲਾਜ ਸ਼ੁਰੂ ਕਰਨ ਤੋਂ ਕੁਛ ਚੰਦ ਮਿੰਟਾਂ ਬਾਅਦ ਹੀ ਉਹ 5-10 ਮਿੰਟਾਂ ਦੇ ਵਿੱਚ ਉਹਦੀ ਡੈਥ ਹੋ ਗਈ ਹੈ ਅਤੇ ਜੋ ਉਹਦੇ ਲੜਕੀ ਦੀ ਮਾਂ ਵੱਲੋਂ ਅਤੇ ਲੜਕੀ ਦੇ ਪਤੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੋਈ ਬਾਹਰ ਕੋਈ ਪ੍ਰਾਈਵੇਟ ਨਰਸ ਹੈ ਜੋ ਉਹਦਾ ਇਲਾਜ ਕਰ ਰਹੀ ਸੀਗੀ ਅਤੇ ਜਿਹਦੇ ਉਹਨਾਂ ਮੁਤਾਬਕ ਜੋ ਕਹਿ ਰਹੇ ਨੇ ਕਿ ਉਹਦੀ
गलती करके जो अणगहली करके वो कह रहे हैं कि वो इस हालात हुई है। बाकी वो मौत मरीज की इतने आप डिकलेयर उन्होंने डैड कर चुके हैं तो मरीज की पुलिस को अपना संबंधित तलाब भेज दी है पुलिस इनफॉरमेशन जो अगे बनती कार्रवाई होएगी मरीज की डैड बॉ सॉरी डैड बॉडी जो हैगी मोर्चरी शिफ्ट करा रहे हैं तो बनती कार्रवाई नहीं कार्रवाई तो जो कारण है वो तो अपने पोस्टमार्टम की रिपोर्ट तो बाद ही पता चलेगा जेकर अपनी वो कार्रवाई चाहे तो पोस्टमार्टम की रिपोर्ट तो बाद ही असल कारण मौत का पता चलेगा उस तो पहले आप कुछ नहीं कह सकते। बटाला तो जतिंदर कुंडल की रिपोर्ट। We at GNA University see potential in everyone and everything around us. We drive innovation and entrepreneurship, encourage thought leadership. We are at the forefront of new age digital technology. We are world standard in theory and practice. We are a multicultural network community. We groom competent global citizens to effect positive change around them.